ਪੰਜਾਬੀਓ ਜਾਗਦੇ ਕੇ ਸੁੱਤੇ ਪੰਜਾਬੀਓ ਹੋ ਜਾਗਦੇ ਕੇ ਸੁੱਤੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਜ਼ਰ ਹੋ ਗਿਆ ਜੀ ਤੁਹਾਡੀ ਕਚੈਰੀ ਦੇ ਵਿੱਚ ਪ੍ਰੋਗਰਾਮ ਲੈ ਕੇ ਪ੍ਰੋਗਰਾਮ ਦਾ ਜਿੱਦਾਂ ਨਾਂ ਹੈ ਸਾਡਾ ਪੰਜਾਬੀਓ ਜਾਗਦੇ ਕੇ ਸੁੱਤੇ ਉਮੀਦ ਕਰਦੇ ਆ ਕਿ ਸਾਡੇ ਜਿਹੜੇ ਐਪੀਸੋਡ ਨੇ ਤੁਹਾਨੂੰ ਪਸੰਦ ਆ ਰਹੇ ਹੋਣਗੇ ਕੋ ਸੱਜਣਾ ਦੀਆਂ ਟੈਲੀਫੋਨ ਕਾਲਸ ਤੋਂ ਜਿਹੜਾ ਹੈ ਅਸੀਂ ਅੰਦਾਜ਼ਾ ਲਗਾ ਲਏ ਨੇ ਕਿ ਸਾਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਕਾਲਸ ਜਿਹੜੀਆਂ ਨੇ ਇਸ ਪ੍ਰੋਗਰਾਮ ਦੇ ਸਬੰਧੀ ਆ ਰਹੀਆਂ ਨੇ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਬਿਹਤਰ ਬਣਾ ਕੇ ਤੁਹਾਡੀ ਖਿਦਮਤ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਜਾਵੇ ਸੋ ਆਹ ਪ੍ਰੋਗਰਾਮ ਦੀ ਜਿਹੜੀ ਹੈ ਉਹ ਆਪਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਸਮਾਂ ਬਹੁਤ ਸੀਮਤ ਹੁੰਦਾ ਇਸ ਪ੍ਰੋਗਰਾਮ ਦਾ ਤੇ ਗੱਲਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਹੁੰਦੀਆਂ ਨੇ ਤੇ ਮੈਂ ਕੋਸ਼ਿਸ਼ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਹੈ ਉਹ ਇਹ ਦੇ ਵਿੱਚ ਜਿਹੜਾ ਹੈ ਉਹ ਆਪਾਂ ਆਪਸ ਵਿੱਚ ਜਿਹੜਾ ਗੱਲਾਂ ਦਾ ਆਦਾਨ ਪ੍ਰਦਾਨ ਹੈਗਾ ਉਹਨੂੰ ਕੀਤਾ ਜਾਵੇ ਅੱਜ ਵੀ ਜਿਹੜਾ ਹੈ ਉਹ ਮੇਰਾ ਥੋੜਾ ਜਿਹਾ ਮਨ ਜਿਹੜਾ ਸੀਗਾ ਉਹ ਮੈਂ ਕਰਤਾ ਵੀਰ ਜੀ ਉਹਨਾਂ ਦੀ ਜਿਹੜੀ ਕਾਲ ਆਈ ਸੀਗੀ ਉਹਦੇ ਸਬੰਧ ਚ ਰਿਹਾ ਸੀਗਾ ਪਰ ਅੱਜ ਮੈਨੂੰ ਉਸ ਤੋਂ ਵੀ ਜ਼ਰੂਰੀ ਇਹ ਲੱਗਿਆ ਕਿ ਕਈ ਵਾਰੀ ਕਰੰਟ ਕੋਈ ਇਹੋ ਜਿਹੇ ਮਸਲੇ ਆ ਜਾਂਦੇ ਨੇ ਕਰੰਟ ਇਹੋ ਜੀਆਂ ਖਬਰਾਂ ਆ ਜਾਂਦੀਆਂ ਨੇ ਉਹਨਾਂ ਨੂੰ ਮੌਕੇ ਦੇ ਉੱਤੇ ਗੱਲ ਕਰਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਸਾਡੇ ਨਾਲ ਇਹ ਚੀਜ਼ ਸੰਬੰਧਿਤ ਹੁੰਦੀ ਆ ਜੇ ਅਸੀਂ ਅੱਜ ਗੱਲ ਨਹੀਂ ਕਰਾਂਗੇ ਤਾਂ ਫਿਰ ਅਸੀਂ ਲੇਟ ਹੋ ਜਾਵਾਂਗੇ ਸੋ ਇਸ ਕਰਕੇ ਅੱਜ ਮੈਂ ਜਿਹੜੇ ਕਰੰਟ ਦੋ ਚੀਜ਼ਾਂ ਨੇ ਜਿਹੜਾ ਮਾਨੇ ਹ ਉਹ ਬਹੁਤ ਜ਼ਿਆਦਾ ਖਰਾਬ ਕੀਤਾ ਤੇ ਦੋਵੇਂ ਪੰਜਾਬੀ ਦੇ ਜਿਹੜੇ ਉਹ ਜਿਹੜੇ ਕਲਾਕਾਰ ਸੀਗੇ ਮੈਨੂੰ ਕਈ ਵਾਰੀ ਇਹ ਜਿਹੜੀ ਚੀਜ਼ ਹੈ ਨਾ ਬੜੀ ਹੈਰਾਨ ਕਰ ਦਿੰਦੀ ਆ ਕਿ ਕਈ ਲੋਕ ساری ਜ਼ਿੰਦਗੀ ਜਿਹੜੀ ਹੈ ਉਹ ਆਪਣੀ ਜਿਹੜੀ ਆ ਲਾ ਦਿੰਦੇ ਨੇ ਤੇ ਉਸ ਜ਼ਿੰਦਗੀ ਦੇ ਜਦੋਂ ਤੁਸੀਂ ਉਹਨਾਂ ਦੇ ਝਾਤ ਮਾਰਦੇ ਹੋ ਤਾਂ ਜਦੋਂ ਪੂਰੇ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦਾ ਪ੍ਰੋਫੈਸ਼ਨਲ ਲੈਵਲ ਦਾ ਜਿਹੜਾ ਜੀਵਨ ਉਹਨਾਂ ਨੇ ਬਤੀਤ ਕੀਤਾ ਹੁੰਦਾ ਹੈ ਸਟਰਗਲ ਲਾਈਫ ਤੋਂ ਬਾਅਦ ਵਾਲਾ ਕਿੱਥੇ ਪਰਮਾਤਮਾ ਨੇ ਉਹਨਾਂ ਨੂੰ ਬਖਸ਼ਿਸ਼ ਕਰਕੇ ਕਿਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਜਿਹੜਾ ਹੈ ਉਹ ਚੜਾਇਆ ਹੁੰਦਾ ਤੇ ਚਦੋਂ ਉਹਨਾਂ ਦੇ ਕਰਤਾਰ ਵੱਲ ਨਜ਼ਰ ਮਾਰਦੇ ਆ ਤੇ ਫੇਰ ਜਿਹੜਾ ਦੁੱਖ ਆ ਉਹ ਬਹੁਤ ਜ਼ਿਆਦਾ ਹੁੰਦਾ ਇੱਥੇ ਮੈਂ ਗੱਲ ਕਰ ਰਿਹਾ ਹਾਂ ਸਪਸ਼ਟ ਰੂਪ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੀ ਉਹ ਹੈਗੀ ਗੁਰਦਾਸ ਮਾਨ ਹੋਣਾ ਦੀ ਮਾਨਾ ਦਾ ਮਾਨ ਗੁਰਦਾਸ ਮਾਨ ਜੀ ਆ ਕਿਤਾਬ ਬੜਾ ਵੱਡਾ ਜੇ ਆ ਪੰਜਾਬੀਆਂ ਦੀ ਨਜ਼ਰ ਚ ਦੇਖਿਆ ਜਾਵੇ ਤਾਂ ਕਹਿੰਦੇ ਨੇ ਜੀ ਕੱਦ ਬਹੁਤ ਵੱਡਾ ਪਰ ਮੈਨੂੰ ਅੱਜ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹਦਾ ਕਰਦਾਰ ਬਹੁਤ ਛੋਟਾ ਉਹਦੀ ਉਹਦਾ ਉਹ ਕਰਦਾਰ ਦੇ ਤੌਰ ਦੇ ਉੱਤੇ ਖਾਸ ਤੌਰ ਦੇ ਉੱਤੇ ਪੰਜਾਬੀਆਂ ਦੇ ਮਨ ਦੇ ਉੱਤੋਂ ਲੈ ਗਿਆ ਉਹਨਾਂ ਪੰਜਾਬੀਆਂ ਦੇ ਮਨ ਦੇ ਉੱਤੋਂ ਲੈ ਗਿਆ ਜਿਹੜੇ ਪੰਜਾਬ ਦੇ ਪੁੱਤ ਨੇ ਤੇ ਜਿਹੜੇ ਹੱਲੇ ਵੀ ਉਸ ਪੱਖ 'ਚ ਖੜੇ ਨੇ ਜਾਂ ਖੜਨਗੇ ਉਹਨਾਂ ਨੂੰ ਫੇਰ ਜਿਹੜਾ ਹੈ ਉਹ ਜਾਗਣਾ ਪਏਗਾ ਉਹਨਾਂ ਨੂੰ ਸੋਚਣਾ ਪਏਗਾ ਅੱਖਾਂ ਖੋਲਣੀਆਂ ਪੈਣਗੀਆਂ ਦਿਮਾਗ ਦੇ ਜਿਹੜੇ ਪਰਦੇ ਨੇ ਉਹ ਵੀ ਥੋੜੇ ਜਿੇ ਖੋਲਣੇ ਪੈਣਗੇ ਤਾਂ ਜਾ ਕੇ ਉਹਨਾਂ ਨੂੰ ਫਿਰ ਜਿਹੜੀ ਸਮਝ ਆ ਉਹ ਆਵੇਗੀ ਇਸੇ ਕਰਕੇ ਅਸੀਂ ਬਾਰ-ਬਾਰ ਇਹ ਗੱਲ ਕਹਿੰਨੇ ਆ ਕਿ ਪੰਜਾਬੀਓ ਵਾਕਿਆ ਹੀ ਤੁਸੀਂ ਜਾਗਦੇ ਹੋ ਕਿ ਹੱਲੇ ਸੁੱਤੇ ਹੋ ਹੱਲੇ ਵੀ ਸੁੱਤੇ ਹੋ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਮੈਨੂੰ ਇਹ ਲੱਗਦਾ ਕਿ ਜਦੋਂ ਮੈਂ ਗੱਲ ਸੁਣੀ ਉਸ ਦੇ ਮੂੰਹ ਦੇ ਉੱਤੋਂ ਉਮੀਦ ਕੀਤੀ ਜਾ ਸਕਦੀ ਸੀ ਕਿ ਕਿਸੇ ਕੋਈ ਅ ਇਮੈਚੂਰ ਬੰਦਾ ਜਿਹੜਾ ਕੋਈ ਅੱਜ ਦਾ ਗਾਇਕ ਜਿਹੜਾ ਹੈ ਨਵਾਂ ਨਵਾਂ ਉੱਠਿਆ ਜਾਂ ਉਹਨੂੰ ਉਹਨੂੰ ਕੋਈ ਬਹੁਤ ਜ਼ਿਆਦਾ ਹਿਸਟਰੀ ਦਾ ਨਾ ਪਤਾ ਹੋਵੇ ਜਾਂ ਉਹ ਹੱਲੇ ਬਿਲਕੁਲ ਨਵਾਂ ਬਿਲਕੁਲ ਫ੍ਰੈਸ਼ਰ ਹੈ ਜਿਹਨੂੰ ਹੱਲੇ ਕੁਝ ਨਹੀਂ ਪਤਾ ਤੇ ਕੋਈ ਇਦਾਂ ਦੀ ਉਹ ਗੱਲ ਕਰ ਦਵੇ ਤਾਂ ਉਦੋਂ ਇਹ ਹਾਂਦਾ ਕਿ ਸ਼ਾਇਦ ਬਚਕਾਨਾ ਹਰਕਤ ਸੀਗੀ ਇਹ ਲੇਕਨ ਇੱਕ तकरीबन तकरीबन आई थिंक सो ਕਿ 60 ਪਲਸ ਆਦਮੀ ਜਦੋਂ ਇਹੋ ਜੀ ਗੱਲ ਕਰਦਾ ਤਾਂ ਫਿਰ ਉਹਦਾ ਕਰਦਾਰ ਤੁਹਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਬਿਲਕੁਲ ਤੁਸੀਂ ਉਹਨੂੰ ਤੁਸੀਂ ਉਹਨੂੰ ਉਸ ਰੂਪ ਦੇ ਵਿੱਚ ਦੇਖ ਸਕਦੇ ਹੋ ਫਿਰ ਉਹ ਫਿਰ ਰਵਾਈਂਡ ਕਰੋ ਆਪਣੇ ਆਪ ਨੂੰ ਪਿੱਛੇ ਜਾਓ ਤੇ ਮੈਨੂੰ ਇਹ ਜਦੋਂ ਮੈਂ ਇਹ ਚੀਜ਼ ਸੁਣੀ ਉਸ ਇਨਸਾਨ ਦੇ ਮੂੰਹ ਦੇ ਉੱਤੋਂ ਸਾਡੇ ਇੱਥੇ ਮਨ ਲਾਲਾਸ ਉਹ ਜਿਹੜੀ ਵੈਨਕੂਵਰ ਦੀ ਇੰਟਰਵਿਊ ਸੀਗੀ ਉੱਥੇ ਉਸ ਬੰਦੇ ਨੇ ਕਿਹਾ ਕਿ ਕੋਈ ਗੱਲ ਨਹੀਂ ਇਹ ਤਾਂ ਇੱਕ ਭਾਸ਼ਾ ਹੋਣੀ ਚਾਹੀਦੀ ਆ ਹਿੰਦੀ ਹੋਣੀ ਚਾਹੀਦੀ ਆ ਤੇ ਸਾਰੀ ਉਮਰ ਪੰਜਾਬ ਦਾ ਖਾਦਾ ਹੋਵੇ ਪੰਜਾਬ ਕਰਕੇ ਗੁਰਦਾਸ ਮਾਨ ਬਣਿਆ ਹੋਵੇ ਤੇ ਫੇਰ ਉਹਦੇ ਮੂੰਹ ਚੋਂ ਇਹ ਗੱਲ ਨਿਕਲ ਜਾਵੇ ਇਸ ਤੋਂ ਸ਼ਰਮਨਾਕ ਗੱਲ ਮੈਨੂੰ ਲੱਗਦਾ ਕਿ ਨਹੀਂ ਹੋ ਸਕਦੀ ਫੇਰ ਸਾਨੂੰ ਪੰਜਾਬੀਆਂ ਨੂੰ ਇਹ ਦੇਖਣਾ ਪਏਗਾ ਕਿ ਵਾਕਿਆ ਹੀ ਇਹਨਾਂ ਲੋਕਾਂ ਨੂੰ ਸਿਰ ਦੇ ਉੱਤੇ ਬਿਠਾਉਣਾ ਚਾਹੀਦਾ ਕਿ ਜਾਂ ਇਹਨਾਂ ਦੀ ਜਿਹੜੀ ਥਾਂ ਹੈ ਉਹ ਦਿਖਾ ਦੇਣੀ ਚਾਹੀਦੀ ਹੈਗੀ ਆ ਜਦੋਂ ਇਹਦੇ ਕਿਉਂਕਿ ਇਹਨੇ ਕਾਫੀ ਕੰਮ ਜਿਹੜਾ ਹੈ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਪਿੱਛੇ ਤੁਸੀਂ ਵੀਡੀਓ ਵਾਇਰਲ ਹੋਈਆਂ ਵੀ ਦੇਖਦੇ ਹੋ ਜਾਂ ਇਹ ਕਿੱਥੇ-ਕਿੱਥੇ ਜਾ ਕੇ ਬੈਠਦਾ ਹੈਗਾ ਕੀ ਕਰਦਾ ਹੈ ਕੀ ਇਹ ਕਰਦਾ ਹੁੰਦਾ ਸੀ ਜਦੋਂ ਇਹ ਹੂੰਗਰੂ ਪਾ ਕੇ ਜਿਹੜਾ ਹੈ ਉਹ ਨੱਚਦਾ ਸੀ ਸਟੇਜਾਂ ਦੇ ਉੱਤੇ ਕਈ ਵਾਰੀ ਅਸੀਂ ਕਹਿੰਦੇ ਚਲੋ ਪ੍ਰੋਫੈਸ਼ਨਲ ਤਾਰ ਦੇ ਉੱਤੇ ਸ਼ਾਇਦ ਇਹਨਾਂ ਉਸ ਦੇ ਬਗੈਰ ਵੀ ਕੀਤਾ ਜਾ ਸਕਦਾ ਸੀਗਾ ਆਪਣੀ ਪਰਸਨੈਲਿਟੀ ਨੂੰ ਤੁਸੀਂ ਜਦੋਂ ਕਿਸੇ ਲੈਵਲ ਦੇ ਉੱਤੇ ਜਾ ਕੇ ਡਿਵੈਲਪ ਕਰਦੇ ਹੋ ਤੇ ਫਿਰ ਤੁਹਾਨੂੰ ਇੱਕ ਸਟੈਂਡਰਡ ਆਪਣਾ ਮੇਨਟੇਨ ਜਿਹੜਾ ਹੈ ਉਹ ਕਰਨਾ ਪੈਂਦਾ ਹੈਗਾ ਜੇ ਤੁਸੀਂ ਉਸ ਸਟੈਂਡਰਡ ਤੋਂ ਥੱਲੇ ਡਿੱਗਦੇ ਹੋ ਤਾਂ ਇਟ ਮੀਨਸ ਕਿ ਤੁਹਾਡੇ ਅੰਦਰ ਹੀ ਕੁਝ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਉੱਭਰ ਕੇ ਬਾਹਰ ਨੂੰ ਜੜੀਆਂ ਨੇ ਉਹ ਆਉਂਦੀਆਂ ਨੇ ਜਦੋਂ ਇਹ ਅਰਸਤਾ ਜਿਹੜਾ ਸੀਗਾ ਇਹ ਬ੍ਰਾਂਡ ਮਾਸਟਰ ਬਣਿਆ ਸੀਗਾ ਉਦੋਂ ਵੀ ਇਹਨਾਂ ਨੂੰ ਇਹਨੂੰ ਬਹੁਤ ਸਾਰੇ ਲੋਕਾਂ ਨੇ ਕ੍ਰਿਟੀਸਾਈਜ਼ ਵੀ ਕੀਤਾ ਸੀਗਾ ਤੇ ਕੁਝ ਲੋਕਾਂ ਨੇ ਇਹ ਕਿਹਾ ਸੀਗਾ ਕਿ ਚਲੋ ਇਹੋ ਜਿਹੇ ਜਿਹੜੇ ਪ੍ਰੋਫੈਸ਼ਨਲ ਜਿਹੇ ਬੰਦੇ ਹੁੰਦੇ ਨੇ ਪੈਸੇ ਕਰਕੇ ਇਹ ਜਿਹੜਾ ਹੈ ਉਹ ਇਹੋ ਜਿਹਾ ਕੰਮ ਜਿਹੜਾ ਉਹ ਕਰ ਲੈਂਦੇ ਨੇ ਪਰ ਤੁਹਾਡੇ ਅੰਦਰ ਦਾ ਜਿਹੜਾ ਤੁਸੀਂ ਕਰਦੇ ਤਾਂ ਹੀ ਹੋ ਵੈਸੇ ਇਨਸਾਨ ਜਿਹੜਾ ਹੈ ਜੇ ਉਹਦਾ ਮਨ ਨਾ ਮੰਨੇ ਉਹ ਜ਼ਮੀਰ ਦੇ ਤੌਰ ਦੇ ਉੱਤੇ ਬਹੁਤ ਤਕੜਾ ਹੋਵੇ ਉਹ ਆ ਮੈਂ ਫਿਜ਼ੀਕਲ ਦੀ ਨਹੀਂ ਗੱਲ ਕਰਦਾ ਮੈਂ ਅੰਦਰਲੀ ਜ਼ਮੀਰ ਦੀ ਗੱਲ ਕਰਦਾ ਕਿ ਜਦੋਂ ਅੰਦਰੋਂ ਬਹੁਤ ਤਗੜਾ ਹੋਵੇ ਮਜਬੂਤ ਹੋਵੇ ਤੇ ਆਪਣੇ ਜਿਹੜਾ ਕਰਤਾਰ ਨੂੰ ਉਹ ਕਾਇਮ ਰੱਖੇ ਤਾਂ ਫੇਰ ਮੈਨੂੰ ਲੱਗਦਾ ਕਿ ਦੁਨੀਆ ਦੀ ਕੋਈ ਵੀ ਤਾਕਤ ਹੋਵੇ ਕਿਉਂਕਿ ਜਿਹੜੀ ਤੁਹਾਡੀ ਕਰਤਾਰ ਜਿਹੜਾ ਹੁੰਦਾ ਨਾ ਤੁਹਾਡੀ ਪ੍ਰਾਪਰਟੀ ਆ ਪਰਸਨਲ ਪ੍ਰਾਪਰਟੀ ਆ ਇਸ ਨੂੰ ਅਗਰ ਤੁਸੀਂ ਜਦੋਂ ਤੁਸੀਂ ਕਿਸੇ ਕੋਲ ਵੇਚ ਦਿੰਦੇ ਹੋ ਨਾ ਫਿਰ ਤੁਸੀਂ ਇਸ ਤੋਂ ਅੱਗੇ ਦੁਨੀਆ ਦੀ ਕੋਈ ਚੀਜ਼ ਐਸੀ ਨਹੀਂ ਬਚਦੀ ਹੈਗੀ ਜਿਸ ਨੂੰ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਫਲਾਣੀ ਜਿਹੜੀ ਚੀਜ਼ ਆ ਇਸ ਤੋਂ ਵੱਧ ਕੋਈ ਚੀਜ਼ ਜਿਹੜੀ ਆ ਇਸ ਤੋਂ ਛੋਟ ਕੋਈ ਚੀਜ਼ ਤੁਸੀਂ ਵੇਚ ਸਕਦੇ ਹੋ ਕਿਉਂਕਿ ਜਿਸ ਬੰਦੇ ਨੇ ਆਪਣਾ ਕਰਤਾਰ ਵੇਚ ਦਿੱਤਾ ਜਿਸ ਬੰਦੇ ਨੇ ਆਪਣੀ ਜ਼ਮੀਰ ਵੇਚ ਦਿੱਤੀ ਜਿਸ ਬੰਦੇ ਨੇ ਆਪਣਾ ਜਿਹੜੀਆਂ ਮਨ ਦੀਆਂ ਭਾਵਨਾਵਾਂ ਜਿਹੜੀਆਂ ਨੇ ਜਿਹੜੀਆਂ ਉਹਨੇ ਆਪਣੇ ਤੌਰ ਦੇ ਉਤੇ ਪ੍ਰਗਟ ਕਰਨੀਆਂ ਹੁੰਦੀਆਂ ਨੇ ਉਹ ਗੁਲਾਮੀ ਵੱਲ ਨੂੰ ਲੈ ਗਿਆ ਉਹ ਬੰਦਾ ਫਿਰ ਉਸ ਬੰਦੇ ਦੇ ਪੱਲੇ ਕੱਖ ਨਹੀਂ ਰਹਿ ਜਾਂਦਾ ਉਹ ਮਿੱਟੀ ਆ ਬਿਲਕੁਲ ਮਿੱਟੀ ਆ ਤੇ ਉਹਦੇ ਕੋਲ ਫਿਰ ਜੋ ਉਹ ਚਾਹਣ ਉਹੋ ਜਿਹਾ ਬੁਲਾਇਆ ਜਾ ਸਕਦਾ ਅਮਨ ਸ਼ਾਹ ਵਰਗਾ ਜਿਹੜਾ ਸੀਗਾ ਉਹ ਤਾਂ ਉੱਥੇ ਕਹਿ ਗਿਆ ਕਿ ਮੇਰੇ ਕੋਲ ਮੈਂ ਉਹਨੂੰ ਅਲਫ਼ਾਜ਼ ਆਪਣੇ ਵਾਪਸ ਲੈ ਗਏ ਤੇ ਇਹਨਾਂ ਇਨਸਾਨਾਂ ਦਾ ਕਰਤਾਰ ਦੇਖੋ ਤੁਸੀਂ ਹੁਣ ਇਸ ਸਰੋਤਿਆਂ ਨੇ ਸਾਡੇ ਪੰਜਾਬੀਆਂ ਨੇ ਖਾਸ ਤੌਰ ਦੇ ਉੱਤੇ ਫੈਸਲਾ ਕਰਨਾ ਕਿ ਇਹਦੀ ਇਸਤੀ ਸਟੇਜ ਸ਼ੇਅਰ ਕਰਨੀ ਆ ਜਾਂ ਇਹਦੇ ਅੱਗੇ ਬੈਠ ਕੇ ਤੁਸੀਂ ਸੁਣਨਾ ਪੰਜਾਬੀ ਹੋਣ ਦੇ ਨਾਤੇ ਕੀ ਤੁਹਾਨੂੰ ਸੁਣਨਾ ਚਾਹੀਦਾ ਕੀ ਤੁਹਾਨੂੰ ਇਸ ਬੰਦੇ ਨੂੰ ਬਿਠਾ ਕੇ ਸਵਾਲ ਨਹੀਂ ਕਰਨੇ ਚਾਹੀਦੇ ਕਿ ਕਿੰਨੇ ਸਾਲ ਤੈਨੂੰ ਅਸੀਂ ਸਿਰ ਮੱਥੇ ਤੇ ਬਿਠਾਇਆ ਹੋਇਆ ਤੇ ਅੱਜ ਤੂੰ ਕਿਹੜੀਆਂ ਗੱਲਾਂ ਜਿਹੜੀਆਂ ਉਹ ਕਰਦਾ ਪਿਆ ਹੈਗਾ ਮੈਨੂੰ ਕਈ ਵਾਰੀ ਇਸ ਕੱਲ ਦੀ ਜਿਹੜੀ ਹੈ ਉਹ ਬੜੀ ਜ਼ਿਆਦਾ ਤਕਲੀਫ ਹੁੰਦੀ ਆ ਕਿ ਆਪਾਂ ਬੰਦੇ ਦਾ ਕਰਤਾਰ ਨਹੀਂ ਵੇਖਦੇ ਹੈਗੇ ਤੇ ਕਈ ਵਾਰੀ ਅਸੀਂ ਸਿਰਫ ਉਹਦੇ ਤੇ ਨਾ ਉਹਦੀ ਜਿਹੜੀ ਜੋ ਉਹਦੀ ਪੇਸ਼ਕਾਰੀ ਆ ਉਹਦੇ ਤੇ ਬਹੁਤ ਜ਼ਿਆਦਾ ਡੋਲ ਜਾਂਦੇ ਆ ਬਾਕੀ ਉਹਦੀਆਂ ਸਾਰੀਆਂ ਚੀਜ਼ਾਂ ਨੂੰ ਅਸੀਂ ਇਗਨੋਰ ਕਰ ਦਿੰਨੇ ਆ ਸੋ ਇੱਥੇ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਬਹੁਤ ਵੱਡੀ ਗੱਲ ਆ ਉੱਥਰ ਦੇਖੋ ਤੁਸੀਂ ਇਹਦੇ ਆਪੋਜੀਟ ਚੱਲੋ ਤੁਸੀਂ ਕਮਲੋ ਸੁਣਨ ਦੇਖੋ ਉਹਨਾਂ ਲੋਕਾਂ ਦਾ ਕਿਰਦਾਰ ਉਹ ਵੀ ਤਾਂ ਬਾਲੀਵੁੱਡ ਦੇ ਵਿੱਚ ਫਿਲਮ ਫਿਲਮੀ ਕਿਰਦਾਰ ਨਿਭਾ ਚੁੱਕੇ ਨੇ ਇੱਕ ਐਕਟਰ ਵੱਜੋਂ ਇਹ ਉਹਨਾਂ ਤੋਂ ਉੱਪਰ ਚਲਾ ਗਿਆ ਇਹ ਕੋਈ ਬਹੁਤ ਜ਼ਿਆਦਾ ਹੈ ਮਤਲਬ ਕਿ ਉਹ ਦੇਸ਼ਪਖਤ ਹੋ ਗਿਆ ਦੇ ਨਾਲ ਇਹ ਦੀ ਇਹਦਾ ਕਿਰਦਾਰ ਦੇਖੋ ਤੁਸੀਂ ਇਸ ਬੰਦੇ ਦਾ ਜਦ ਉਹ ਲੋਕ ਆਪਣੀ ਆਪਣੀ ਬੋਲੀ ਪਿੱਛੇ ਆਪਣੇ ਉਹਦੇ ਉਹਦੇ ਪਿੱਛੇ ਉਹ ਖੜੇ ਹੋਗੇ ਤਾਂ ਫਿਰ ਇਥੋਂ ਅੰਦਾਜ਼ਾ ਲਾਓ ਇਹਨਾਂ ਲੋਕਾਂ ਦੀ ਜਮੀਰ ਨਹੀਂ ਮਰੀ ਹੋਈ ਇਹ ਲੋਕ ਇਸ ਜਿੰਦਾ ਲਾਸ਼ਾਂ ਨਹੀਂ ਫਿਰਦੀਆਂ ਹੋਈਆਂ ਇਹਨਾਂ ਲੋਕਾਂ ਨੂੰ ਅਗਰ ਆਪਾਂ ਲੋਕਾਂ ਨੇ ਅੱਜ ਜਵਾਬ ਨਾ ਦਿੱਤਾ ਅੱਜ ਇਹਨਾਂ ਨੂੰ ਇਹਨਾਂ ਦੀ ਥਾਂ ਨਾ ਵਿਖਾਈ ਤਾਂ ਕੱਲ ਨੂੰ ਇਹ ਜਿਹੜਾ ਹੈ ਇਹ ਸਾਡੇ ਉੱਤੇ ਬਹੁਤ ਜਿਹੜਾ ਹੈ ਉਹ ਨੁਕਸਾਨ ਦੇ ਗੱਲ ਹੋਏਗੀ ਤੇ ਫਿਰ ਉਹਦੀ ਜ਼ਿੰਮੇਵਾਰੀ ਵੀ ਸਾਡੀ ਜਿਹੜੀ ਆ ਉਹ ਆਪਣੀ ਹੋਏਗੀ ਅਸੀਂ ਕਿ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਸੋ ਬਿਲਕੁਲ ਜੇ ਹੁਣ ਅਸੀਂ ਅੱਜ ਨਾ ਜਾਗੇ ਇਹਨਾਂ ਦੀਆਂ ਗੱਲਾਂ ਨੂੰ ਨਿੱਕੀਆਂ ਨਾ ਲਿਆ ਕਰੋ ਕਿਉਂਕਿ ਕਈ ਬੰਦੇ ਤਾਂ ਇਹਨਾਂ ਨੂੰ ਰੋਲ ਮਾਡਲ ਮੰਨ ਕੇ ਚੱਲਦੇ ਨੇ ਕਿ ਹਾਂ ਜੀ ਇਹ ਤਾਂ ਜੀ ਮਾਨਾਂ ਦਾ ਮਾਨ ਕਦਾ ਮਾਨ ਆ ਇਹਦੇ ਤੇ ਇਸ ਬੰਦੇ ਤੇ ਕਦਾ ਮਾਨ ਕਰਨਾ ਤੁਸੀਂ ਇਸ ਬੰਦੇ ਤੇ ਤੁਸੀਂ ਮਾਨ ਕਰੋਗੇ ਇਹ 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 ਇਹਦੀ ਲਾਸਟ ਨੇਮ ਇਹਦਾ ਮਾਨ ਹੈ ਇਹੋ ਜਿਹੇ ਬੰਦੇ ਤੇ ਮਾਨ ਨਹੀਂ ਪੰਜਾਬੀਆਂ ਨੂੰ ਕਰਨਾ ਚਾਹੀਦਾ ਮੈਂ ਰਿਕਵੈਸਟ ਕਰਦਾ ਮੈਂ ਬੇਨਤੀ ਕਰਦਾ ਕਿ ਇਹ ਕੰਮ ਸੇ ਕੰਮ ਇਹੋ ਜਿਹੇ ਬੰਦੇ ਤੇ ਮਾਨ ਨਾ ਕਰਿਓ ਨਹੀਂ ਤੇ ਫਿਰ ਅਸੀਂ ਵੀ ਉਸੇ ਕਤਾਰ ਵਿੱਚ ਖੜ ਜਾਂਨੇ ਆ ਜਿਸ ਕਤਾਰ ਦੇ ਵਿੱਚ ਇਹ ਲੋਕ ਖੜੇ ਨੇ ਕਿਉਂਕਿ ਇਹ ਤਾਂ ਆਪਣਾ ਈਮਾਨ ਜਿਹੜਾ ਹੈ ਉਹ ਜਿਹੜਾ ਹੈ ਕਰਤਾਰ ਜੋ ਵੀ ਇੱਥੇ ਤੁਸੀਂ ਅਲਫਾਜ਼ ਜਿਹੜਾ ਯੂਜ਼ ਕਰ ਸਕਦੇ ਹੋ ਜਿਹੜੀ ਅੰਦਰਲੀ ਆਤਮਾ ਨਾਲ ਜੁੜਿਆ ਹੋਇਆ ਜਦੋਂ ਇਹਨਾਂ ਨੇ ਅੰਦਰੋਂ ਆਪਣਾ ਸਾਰਾ ਕੁਝ ਵੇਚ ਦਿੱਤਾ ਤੇ ਫਿਰ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਸੋ ਇਹਨਾਂ ਨੂੰ ਸਾਨੂੰ ਗ੍ਰੇਜ ਕਰਨਾ ਚਾਹੀਦਾ ਇਹਨਾਂ ਨੂੰ ਇਹਨਾਂ ਦਾ ਜਿਹੜੀ ਬਣਦੀ ਥਾਂ ਹੈ ਨਾ ਹੁਣ ਉਹ ਦਿਖਾਉਣੀ ਚਾਹੀਦੀ ਹੈ ਇਹਦੇ ਨਾਲ ਲੱਗਦੀ ਗੱਲ ਮੈਂ ਦੂਜੇ ਬੰਦੇ ਦੀ ਵੀ ਜਰੂਰ ਕਰਨੀ ਚਾਹਾਂਗਾ ਕਿ ਹੁਣ ਤੁਸੀਂ ਇਹ ਕਹੋਗੇ ਕਿ ਉਹ ਤਾਂ ਚਲੋ ਬਿਲਕੁਲ ਯੰਗ ਮੁੰਡਾ ਸਿੱਧੂ ਮੂਸੇਵਾਲਾ ਕਈ ਵਾਰੀ ਨਾ ਇਨਸਾਨ ਨੂੰ ਜਦੋਂ ਉਹਨੂੰ ਸ਼ੋਹਰਤ ਮਿਲ ਜਾਂਦੀ ਹੈ ਨਾ ਸ਼ੋਹਰਤ ਨੂੰ ਡਾਈਜੈਸਟ ਕਰਨਾ ਬਹੁਤ ਔਖਾ ਹੋ ਜਾਂਦਾ ਕਈ ਬੰਦੇਆਂ ਕੋਲ ਸੋ ਉਹਨੂੰ ਐਂ ਲੱਗਣ ਲੱਗ ਪੈਂਦਾ ਕਿ ਮੈਂ ਜੋ ਵੀ ਪਰੋਸਾਂਗਾ ਜਾਂ ਜੋ ਵੀ ਮੈਂ ਕਰਾਂਗਾ ਉਹ ਮੈਂ ਉੱਚੇ ਦਰਜੇ ਦਾ ਕਰਾਂਗਾ ਕਿਉਂਕਿ ਉਹਦੇ ਦਿਮਾਗ ਦੀ ਉਪਜ ਹੁੰਦੀ ਹੈ ਹੁਣ ਉਹ ਰਾਈਟਰ ਵੀ ਖੋਦਾ ਜਾਂ ਉਹ ਗਾਣੇ ਵੀ ਸ਼ੁਰੂ ਤੋਂ ਵੀ ਪਹਿਲਾਂ ਲਿਖਦਾ ਸੀ ਬਾਅਦ ਚ ਗਾਉਣ ਲੱਗਿਆ ਉਹ ਜਿਹੜੀ ਨੌਜਵਾਨ ਪੀੜੀ ਆ ਉਹਨੂੰ ਫਾਲੋ ਕਰਦੀ ਆ ਤੁਸੀਂ ਇਹ ਦੇਖੋ ਉਹ ਗਾਣੇ ਦੇ ਵਿੱਚ ਕਿਸ شخصیت ਦੇ ਨਾਲ ਕਿਸ شخصیت ਦੇ ਨਾਲ ਮਾਈ ਭਾਗ ਉਹਦੇ ਨਾਲ ਉਹ ਤੁਲਨਾ ਕਿੱਥੇ ਜਾ ਕੇ ਕਰ ਰਿਹਾ ਹੈਗਾ ਮੈਂ ਤਾਂ ਉਹ ਅਲਫਾਜ਼ ਵੀ ਨਹੀਂ ਇਸ ਪਲੇਟਫਾਰਮ ਤੋਂ ਬੋਲ ਸਕਦਾ ਨਾ ਮੈਂ ਮੈਂ ਅਸੀਂ ਆਪਣੇ ਜਿਹੜੇ ਸਾਡੇ ਨਾਲ ਜਾਂ ਆਪਣੇ ਸਾਡੇ ਬੱਚੇ ਨੇ ਅਸੀਂ ਉਹਨਾਂ ਨੂੰ ਵੀ ਵਰਜਿਆ ਕਿ ਇਹ ਚੀਜ਼ ਜਿਹੜੀ ਆ ਤੁਸੀਂ ਸੁਣਨੀ ਨਹੀਂ ਕਿਤੇ ਕੰਨਾਂ 'ਚ ਪੈ ਗਈ ਤੇ ਇਹ ਗਲਤ ਜਿਹੜਾ ਮੈਸੇਜ ਆ ਉਹ ਕਨਮੇ ਹੋ ਜਾਏਗਾ ਕਿਉਂਕਿ ਜਦੋਂ ਟੀਨੇਜਰ ਜਾਂ ਜਿਹੜੇ ਬੱਚੇ ਸੁਣਦੇ ਨੇ ਉਹਨਾਂ ਦੇ ਦਿਮਾਗ ਤੇ ਚੀਜ਼ਾਂ ਜਿਹੜੀਆਂ ਨੇ ਅਸਰ ਕਰਦੀਆਂ ਨੇ ਕਿਤਨਾ ਕਿਤੇ ਜਾ ਕੇ ਅਸਰ ਕਰਦੀਆਂ ਨੇ ਤੇ ਇਹ ਚਾਹੇ ਉਹ ਅੱਜ ਮਾਫੀ ਮੰਗ ਰਿਹਾ ਹੈਗਾ ਉਹ ਉਹਦੇ ਮਦਰ ਵੱਲੋਂ ਵੀ ਮਾਫੀ ਮੰਗੀ ਗਈ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਪਰ ਲੇਕਿਨ ਤੁਸੀਂ ਇਹ ਦੇਖੋ ਕਿ ਇਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਇਜਾਜ਼ਤ ਕੌਣ ਦਿੰਦਾ ਇਹਨਾਂ ਨੇ ਕਦੀ ਜਾਂ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਇਤਿਹਾਸ ਨਹੀਂ ਸਿਖਾਇਆ ਜਾਂ ਇਹ ਕਦੀ ਇਤਿਹਾਸ ਵੱਲ ਇਹਨਾਂ ਨੇ ਆਪਣਾ ਜਿਹੜਾ ਹੈ ਉਹ ਵਰਕਾ ਹੀ ਬੜਾ ਪਾੜ ਦਿੱਤਾ ਹੋਇਆ ਜਾਂ ਇਹ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਹੜੇ ਕਿਹੜੇ ਅਲਫਾਜ਼ ਕਿਸ ਵਾਸਤੇ ਵਰਤਨੇ ਨੇ ਤੇ ਫਿਰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਹੈ ਇੱਜ਼ਤ ਮਾਨ ਸਾਨੂੰ ਦੇਣਾ ਚਾਹੀਦਾ ਇਹ ਸਾਡੇ ਪੰਜਾਬੀ ਗਾਇਕ ਨੇ ਅਸੀਂ ਹੋਰਨਾ ਦਾ ਵਿਰੋਧ ਤੇ ਅਸੀਂ ਜਿਹੜਾ ਹੈ ਹੋਰਨਾ ਨਾਲ ਤੇ ਅਸੀਂ ਲੜਾਈਆਂ ਲੜ ਰਹੇ ਆਂ ਹੋਰਨਾ ਨਾਲ ਤੇ ਅਸੀਂ ਜਿਹੜਾ ਉਹ ਦਵਾਰ ਬਣ ਕੇ ਅੱਗੇ ਖੜਦੇ ਆਂ ਤੇ ਜਦੋਂ ਜਿਨ੍ਹਾਂ ਨੂੰ ਫਿਰ ਸੋ ਕਾਲਡ ਆਪਣੇ ਲਾ ਲੋ ਤੁਸੀਂ ਇਹਨਾਂ ਨੂੰ ਫਿਰ ਸੋ ਕਾਲਡ ਹੀ ਕਵਾਂਗੇ ਹੋਰ ਇਸ ਤੋਂ ਬਾਅਦ ਕੀ ਕਹਿ ਲਵਾਂਗੇ ਆਪਾਂ ਮਾਫ ਕਰਨਾ ਕਈ ਵਾਰੀ ਜਿਹੜਾ ਹੈ ਉਹ ਗੱਲ ਹੀ ਇਸ ਤਰ੍ਹਾਂ ਦੀ ਹੋ ਜਾਂਦੀ ਆ ਕਿ ਅੰਦਰੋਂ ਇੰਨੇ ਕੁ ਜ਼ਿਆਦਾ ਅਸੀਂ ਟੁੱਟ ਜਾਂਦੇ ਆ ਜਦੋਂ ਇਹੋ ਜੀਆਂ ਗੱਲਾਂ ਜਿਹੜੀਆਂ ਉਹ ਸੁਣਦੇ ਆ ਤੇ ਉਹਨਾਂ ਲੋਕਾਂ ਦੇ ਮੂੰਹ ਸੁਣਦੇ ਆ ਕਿ ਜਿਨ੍ਹਾਂ ਨੂੰ ਲੋਕ ਜਿਹੜੇ ਨੇ ਉਹ ਇੱਕ ਸਿਰ ਦੇ ਤਾਜ ਦੀ ਤਰ੍ਹਾਂ ਬਿਠਾ ਕੇ ਉੱਤੇ ਜਿਹੜਾ ਹੈ ਉਹ ਰੱਖਦੇ ਨੇ ਤੇ ਜਦੋਂ ਉਹਨਾਂ ਲੋਕਾਂ ਦਾ ਅਸੀਂ ਕਰਤਾਰ ਦੇਖਦੇ ਆ ਤੇ ਫੇਰ ਸਾਨੂੰ ਇਹ ਜਿਹੜੀ ਚੀਜ਼ ਹੈ ਉਹ ਜ਼ਰੂਰ ਸੋਚਣੀ ਪਵੇਗੀ ਕਿ ਵਾਕਿਆ ਹੀ ਅਸੀਂ ਸੁੱਤੇ ਰਾਵਾਂਗੇ ਕਿ ਅਸੀਂ ਜਾਗਾਂਗੇ ਸੋ ਬਹੁਤ ਵੱਡਾ ਸਵਾਲ ਇੱਥੇ ਜਿਹੜਾ ਹੈ ਉਹ ਖੜਾ ਹੋ ਜਾਂਦਾ ਤੁਹਾਡੇ ਸੁਝਾਵਾਂ ਦੀ ਮੈਨੂੰ ਜਿਹੜੀ ਹੈ ਉਹ ਜ਼ਰੂਰ ਤਾਂਗ ਰਹੇਗੀ ਹੰਗਾਰਾ ਜ਼ਰੂਰ ਇਸ ਮਸਲੇ ਦੇ ਉੱਤੇ ਜ਼ਰੂਰ ਦਿਓ ਚਾਹੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦਿਓ ਸਾਡੀ ਫੇਸਬੁੱਕ ਪੇਜ ਦੇ ਉੱਤੇ ਦਿਓ ਕਿ ਕੀ ਸੋਚਦੇ ਹੋ ਤੁਸੀਂ ਜ਼ਰੂਰ ਕਮੈਂਟ ਕਰਿਓ ਕਿਉਂਕਿ ਇਸ ਦੇ ਉੱਤੇ ਕਮੈਂਟ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਭਾਵਕ ਹੋ ਜਾਂਦੇ ਆ ਸੋ ਮੈਂ ਭਾਵਕ ਹੋ ਕੇ ਕਈ ਵਾਰੀ ਅ ਥੋੜਾ ਜਿਹਾ ਮੈਨੂੰ ਇਹ ਲੱਗਦਾ ਕਿ ਮੈਂ ਥੋੜਾ ਜਿਹਾ ਅੰਦਰੋਂ ਗੁੱਸੇ ਦੇ ਵਿੱਚ ਇਹ ਚੀਜ਼ ਬੋਲ ਰਿਹਾ ਗੁੱਸੇ 'ਚ ਨਹੀਂ ਥੋੜਾ ਜਿਹਾ ਮਨ ਇਸ ਚੀਜ਼ ਦੇ ਉੱਤੇ ਦੁਖੀ ਜਦੋਂ ਹੋ ਜਾਂਦਾ ਜਦੋਂ ਇਹੋ ਜਿਹੀਆਂ ਅਸੀਂ ਗੱਲਾਂ ਸੁਣਦੇ ਆਂ ਤੇ ਫਿਰ ਅੰਦਰ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਜਦੋਂ ਅਸੀਂ ਪ੍ਰਗਟ ਕਰਦੇ ਆਂ ਤੇ ਉਹਦਾ ਕੁਝ ਫੇਸ ਦੇ ਉੱਤੇ ਜਿਹੜਾ ਅਸਰ ਆ ਉਹ ਜ਼ਰੂਰ ਹੁੰਦਾ ਹੈਗਾ ਸੋ ਸਮਾਂ ਅਜਾਤ ਨਹੀਂ ਦਿੰਦਾ ਸਰੋਤਿਓ ਅੱਜ ਇੰਨਾ ਹੀ ਸਮਾਂ ਸੀ ਤੁਹਾਡੇ ਨਾਲ ਮੈਂ ਸਾਂਝ ਪਾਈ ਪ੍ਰੋਗਰਾਮ ਚੰਗਾ ਲੱਗੇ ਤੇ ਜਰੂਰ ਸਾਨੂੰ ਤੁਸੀਂ ਜਿਹੜਾ ਹੈ ਕਮੈਂਟ ਕਰਿਓ ਜਰੂਰ ਸਾਡੇ ਤੱਕ ਜਿਹੜਾ ਹੈ ਆਪਣਾ ਸੇਹਾਂ ਜਿਹੜਾ ਹੈ ਉਹ tv16toronto@gmail.com ਦੇ ਉੱਤੇ ਜਾ ਕੇ ਈਮੇਲ ਰਾਈਪੇਜੋ ਜਾਂ ਸਾਡਾ ਸੈੱਲਫੋਨ ਨੰਬਰ ਸਾਡਾ ਸੌਰੀ ਸਟੂਡੀਓ ਦਾ ਨੰਬਰ ਹੈ 6475281016 ਦੇ ਉੱਤੇ ਜਾਂ ਇਸ ਦੇ ਉੱਤੇ ਤੁਸੀਂ ਵਟਸਐਪ ਕਰਿਓ ਜਾਂ ਟੈਕਸ ਮੈਸੇਜ ਜਿਹੜਾ ਹੈ ਉਹ ਜਰੂਰ ਸਾਡੇ ਤੱਕ ਪਹੁੰਚਦਾ ਕਰਿਓ ਸੋ ਉਮੀਦ ਕਰਦਾ ਇਸ ਤੁਹਾਨੂੰ ਇਹ ਜਿਹੜੀਆਂ ਮੇਰੇ ਟਾਪਿਕ ਸੀ ਇਹ ਜਰੂਰ ਪਸੰਦਾ ਹੋਵੇਗਾ ਸੋ ਦੁਬਾਰਾ ਅਗਲੇ ਟਾਪਿਕ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜਾ ਹੈ ਉਹ ਰੂਬਰੂ ਹੋਵਾਂਗੇ ਇੱਥੇ ਮੈਨੂੰ ਦੇ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਕਾ ਪੀਓ ਜਾਗਦੇ ਕੇ ਸੁਤੇ